ਤਾਂ ਦੋਸਤੋ ਸੋਸ਼ਲ ਮੀਡੀਆ ਉੱਤੇ ਇਸ ਸਿੰਘ ਦੀ ਤਸਵੀਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਾਂ ਕਿਉਂ ਵਾਇਰਲ ਹੋ ਰਹੀ ਹੈ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਹਾਂ। ਤਾਂ ਦੋਸਤੋ ਆਪਾਂ ਤੁਹਾਨੂੰ ਦੱਸ ਦਈਏ, ਜਦੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਇੱਕ ਦੁਸ਼ਟ ਪਾਪੀ ਬੰਦਾ, ਤਾਂ ਦੋਸਤੋ ਉਦੋਂ ਰਹਿ ਰਾਹ ਸਾਹਿਬ ਦਾ ਪਾਠ ਚੱਲ ਰਿਹਾ ਸੀ। ਪਰ ਦੋਸਤੋ ਇਹ ਉਹੀ ਸਿੰਘ ਹੈ ਜੋ ਪਾਠ ਕਰ ਰਿਹਾ ਸੀ, ਇਹਨਾਂ ਨੇ ਪਾਠ ਨੂੰ ਜਾਰੀ ਰੱਖਿਆ, ਵਿਚਾਲੇ ਨਹੀਂ ਰੋਕਿਆ। ਇਸ ਲਈ ਦੋਸਤੋ ਇਹਨਾਂ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਅਤੇ ਦੂਜੀ ਅਪਡੇਟ ਦਿੰਦੇ ਹੋਏ ਆਪਾਂ ਤੁਹਾਨੂੰ ਦੱਸ ਦਈਏ ਦੋਸਤੋ ਕਿ ਤਰਸੇਮ ਜੱਸੜ ਜੋ ਕਿ ਹੱਕਾਂ ਲਈ ਹਮੇਸ਼ਾ ਬੋਲਦੇ ਆਏ ਹਨ ਅਤੇ ਸਿੱਖ ਧਰਮ ਦੀ ਬਹੁਤ ਰਿਸਪੈਕਟ ਕਰਦੇ ਹਨ, ਉਹਨਾਂ ਨੇ ਵੀ ਆਪਣੇ ਇੰਸਟਾਗ੍ਰਾਮ ਤੋਂ ਇੱਕ ਪੋਸਟ ਸਾਂਝੀ ਕਰਦੇ ਹੋਏ ਕੁਝ ਲਾਈਨਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਕਿ ਉਹ ਦੱਸਦੇ ਹਨ, ਹਿਰਦਾ ਛਾਨਣੀ ਹੋ ਗਿਆ ਇਹ ਦੇਖ ਕੇ ਦਰਬਾਰ ਸਾਹਿਬ ਦੇ ਵਿੱਚ, ਜਿੱਥੇ ਸਾਰੀ ਦੁਨੀਆ ਦੇ ਲੋਕ ਦਰਸ਼ਨਾਂ ਲਈ ਨਮਸਤਕ ਹੁੰਦੇ ਹਨ, ਉੱਥੇ ਬੇਅਦਬੀ ਕਰਨ ਆਇਆ, ਕਿਹਨੇ ਭੇਜਿਆ, ਕਿੱਥੋਂ ਆਇਆ ਇਹ ਵੀ ਪਤਾ ਲੱਗ ਜਾਊ, ਪਰ ਮੱਸੇ ਰੰਗੜੋਰੀ ਅਜੇ ਜਿਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਰਸੇਮ ਜੱਸੜ ਦੇ ਵੱਲੋਂ ਲਿਖਿਆ ਗਿਆ ਅਤੇ ਤਰਸੇਮ ਜੱਸੜ ਇਸ ਗੱਲ ਤੋਂ ਤਰਸੇਮ ਜੱਸੜ ਖੁਸ਼ ਹੈ ਕਿ ਸਿੰਘਾਂ ਨੇ ਸੌਦਾ ਲਾ ਦਿੱਤਾ। ਧੰਨਵਾਦ ਦੋਸਤੋ, ਮਿਲਦੇ ਹਾਂ ਕਿਸੇ ਹੋਰ ਅਪਡੇਟ ਨਾਲ।